ਜਪੋ ਜਪਨ ਦੇ ਬੇੜੇ ਚੜੋ, ਕੱਲੇ ਆਪ ਨਹੀਂ ਪਰਿਵਾਰ ਸਹਿਤ, ਕਿਉਂਕਿ ਇਸੇ ਬੇੜੇ ਕੱਦੀ ਲੱਗਣੇ, ਬਾਕੀ ਸਭ ਬੇੜੇ ਅੱਧ ਵਿਚਕਾਰ ਰਹਿਣਗੇ, ਕੋਈ ਬੇੜਾ ਪਾਰ ਨਾ ਉਤਰੇਗਾ। ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾਰ। ਕਿਤਨਾ ਕੁ ਮਹਾਤਮ ਹੈ ਨਾਮ ਜਪਣ ਦਾ, ਜੈਸੇ ਅੱਠ ਸੱਠ ਤੀਰਥ ਪਰਸ ਕੀਏ, ਅਠਾਠ ਤੀਰਥਾਂ ਨੂੰ ਕੋਈ ਪਰਸ ਆਵੇ। ਬਈ ਬੜਾ ਪੁੰਨ ਖੱਟਿਆ ਇਸ ਨੇ ਕਲਯੁਗ ਦੇ ਸਮੇਂ, ਅਠਾਠ ਤੀਰਥ। ਤੀਰਥ ਤਾਂ ਬਹੁਤ ਹਨ, ਪਰ ਮੁੱਖ ਤੀਰਥ ਜਿਨ੍ਹਾਂ ਵਿੱਚੋਂ ਗਿਣੇ ਹਨ, ਜਿਨ੍ਹਾਂ ਦਾ ਵੱਡਾ ਮਹਾਤਮ ਹੈ, ਉਹ ਅਠਾਠ ਤੀਰਥ ਹਨ। ਆਖਿਆ ਸਾਰਿਆਂ ਤੀਰਥਾਂ ਦਾ ਫਲ, ਜੈਸੇ ਅੱਠ ਸੱਠ ਤੀਰਥ ਪਰਸ ਕੀਏ, ਤੇ ਫਿਰ ਇੱਥੇ ਹੀ ਬਸ ਨਹੀਂ, ਯੁਗ ਚਾਰ ਚੜਿਓ ਕੈਲਾਸ ਰਹਿ। ਕੈਲਾਸ ਪਰਬਤ ਦੇ ਉੱਤੇ ਚਾਰ ਯੁਗ ਬੈਠਾ ਰਹੇ, ਸਮਾਧੀ ਲਾ ਕੇ। ਕੈਲਾਸ਼ ਪਰਬਤ ਦੇ ਉੱਤੇ ਸ਼ਿਵਜੀ ਮਹਾਰਾਜ ਰਹਿੰਦੇ। ਸ਼ਿਵਾਂ ਨੇ ਜਿੱਥੇ ਧੂਣੀ ਤਪੀ ਹੈ, ਉਸ ਪਰਬਤ ਦਾ ਨਾਮ ਹੈ ਕੈਲਾਸ਼ ਪਰਬਤ।
ਜੈਸੇ ਅੱਠ ਸੱਠ ਤੀਰਥ ਪਰਸ ਕੀਏ ਜੁਗ ਚਾਰ ਚੜਿਓ ਕੈਲਾਸ ਰਹਿਓ, ਵੀ ਇਹ ਥਾਂ ਪਵਿੱਤਰ ਹੈ। ਜਿਵੇਂ ਯਾਤਰੂ ਗਏ ਹਨ ਹੇਮਕੁੰਟ, ਪਰ ਕਿਤਨਾ ਕੁ ਚਿਰ ਰਹਿ ਸਕੇ ਉੱਥੇ? ਥੋੜ੍ਹਾ ਚਿਰ ਬਸ ਗਏ ਅਤੇ ਜੱਟ ਉੱਥੇ ਰਹੇ, ਫਿਰ ਥੱਲੇ ਆ ਗਏ, ਕਿਉਂਕਿ ਉੱਥੇ ਰਹਿਣਾ ਕਠਿਨ। ਪਰ ਕੋਈ ਏਡਾ ਹਠੀ ਨਿਕਲੇ ਜਿਹੜਾ ਚਾਰ ਯੁੱਗ ਬੈਠਾ ਰਹੇ? ਚਾਰ ਦਿਨਾਂ ਦੀ ਬਾਤ ਨਹੀਂ, ਚਾਰ ਮਹੀਨੇ ਨਹੀਂ, ਚਾਰ ਸਾਲ ਨਹੀਂ, ਚਾਰ ਸਦੀਆਂ ਨਹੀਂ, ਚਾਰ ਲੱਖ ਵਰੇ ਨਹੀਂ, ਚਾਰ ਯੁੱਗ। ਇਹ ਕਰੋੜਾਂ ਵਰੇ ਬਣਦੇ। ਚਾਰ ਯੁੱਗ ਬੈਠਾ ਰਵੇ ਕੈਲਾਸ਼ ਪਰਬਤ ਦੇ ਉੱਤੇ ਉੱਪਰਲੀ ਚੋਟੀ ਤੇ, ਜਿੱਥੇ ਦਿਨ ਰਾਤ ਬਰਫ਼ ਪੈਂਦੀ ਹੈ, ਬਰਫ਼ ਜਿੱਥੋਂ ਕਦੇ ਘਟੀ ਨਹੀਂ, ਕਿਸੇ ਦੇ ਜਾਣ ਦਾ ਪਹੁੰਚਣ ਦਾ ਸਵਾਲ ਹੀ ਨਹੀਂ। ਪਰ ਆਖੀਆ ਜੇ ਕੋਈ ਚਲਾ ਵੀ ਜਾਏ, ਵੱਡਾ ਮਹਾਤਮ ਜਾਣ ਕੇ ਸਮਝੇ, ਉਹ ਜਾਣੇ ਭਾਵੇਂ ਮਰ ਵੀ ਜਾਵਾਂ, ਮਹਾਤਮ ਤਾਂ ਲੈ ਆਵਾਂ। ਅਤੇ ਜੇ ਉਹ ਨਾ ਮਰੇ ਜਾ ਕੇ ਅਤੇ ਬੈਠਾ ਰਹੇ ਚਾਰ ਯੁੱਗ, ਇਤਨਾ ਪੁੰਨ ਵੀ ਖੱਟ ਲਵੇ ਤਾਂ ਬਾਈ ਸਾਹਿਬ ਆਖਦੇ ਨੇ ਫੇਰ ਅਵਲ ਤਾਂ ਇਹ ਹੈ ਹੀ ਅਨਹੋਣੀ ਗੱਲ, ਕਠਿਨ ਬਾਤ ਹੈ। ਕੋਈ ਇਤਨਾ ਪੁੰਨ ਲੈ ਨਹੀਂ ਸਕਦਾ, ਨਾ ਇਤਨਾ ਚਿਰ ਕੋਈ ਰਹਿ ਸਕਦਾ। ਪਰ ਜੇ ਕੋਈ ਰਹਿ ਵੀ ਲਏ ਔਰ ਇਤਨਾ ਪੁੰਨ ਕਮਾ ਵੀ ਲਵੇ, ਜੈਸੇ ਅੱਠ ਸੱਠ ਤੀਰਥ ਪਰਸ ਕੀਏ ਯੁਗ ਚਾਰ ਚੜਿਓ ਕੈਲਾਸ ਰਹਿਓ, ਜੈਸੇ ਕੋਟ ਜਨਮ ਤਪ ਉਰਧ ਮੁਖੀ। ਇੱਥੇ ਹੀ ਬਸ ਨਾ ਕਰੇ, ਕਰੋੜ ਜਨਮ ਪੁੱਠਾ ਲਟਕ ਜਾਏ। ਫਰੀਦ ਸਿਰਫ 12 ਸਾਲ ਪੁੱਠਾ ਲਟਕਿਆ ਸੀ, ਪਰ ਇੱਥੇ ਆਖਿਆ ਕਰੋੜ ਜਨਮ। ਜਿਤਨੀ ਵਾਰੀ ਜਨਮ ਲਵੇ, ਪਿਛਲੇ ਸੰਸਕਾਰ ਜਾਗਣ, ਚੇਤਾ ਰਹੇ ਵੀ ਮੈਂ ਆਹ ਕੰਮ ਕਰਦਾ ਆਇਆ, ਨਹੀਂ ਤੇ ਮਨੁੱਖ ਨੂੰ ਭੁੱਲ ਜਾਂਦਾ। ਆਂਦੇ ਨੇ ਮਾਂ ਦੇ ਪੇਟ ਵਿੱਚ ਜਿੰਨਾ ਚਿਰ ਰਹਿੰਦਾ ਜਾਂ ਸੰਸਾਰ ਵਿੱਚ ਆ ਕੇ ਵੀ ਕੁਛ ਦਿਨਾਂ ਜਾਂ ਮਹੀਨਿਆਂ ਤੱਕ ਪਿਛਲੀ ਯਾਦ ਰਹਿੰਦੀ ਹੈ ਇਸ ਨੂੰ, ਕਿਸੇ ਵੇਲੇ ਉਹ ਚੇਤੇ ਕਰਕੇ ਰੋਂਦਾ ਹੈ, ਕਿਸੇ ਵੇਲੇ ਹੱਸਦਾ, ਆਪਣੇ ਆਪ ਗੋਦੀ ਵਿੱਚ ਪਿਆ। ਅਤੇ ਫਿਰ ਜਿਵੇਂ ਜਿਵੇਂ ਵੱਡਾ ਹੁੰਦਾ ਗਿਆ ਭੁੱਲਦਾ ਗਿਆ, ਵੀ ਵੱਡਾ ਹੋਇਆ ਹੋਰ ਭੁੱਲ ਗਿਆ। ਪਰ ਜੇ ਚੇਤਾ ਰਹੇ, ਸੰਸਕਾਰ ਬਣੇ ਰਹਿਣ, ਜਿਤਨੀ ਵਾਰੀ ਸੰਸਾਰ ਵਿੱਚ ਜਨਮ ਲਵੇ, ਉਸੇ ਕਮਾਈ ਨੂੰ ਮੁੜ ਮੁੜ ਕਰੇ, ਬਾਰ ਬਾਰ ਕਰੇ, ਪੁੱਠਾ ਲਟਕ ਜਾਏ, ਕਿਤਨੇ ਕੁ ਜਨਮ? ਆਖੀਏ ਕਰੋੜ ਜਨਮ। ਜੈਸੇ ਕੋਟ ਜਨਮ ਤਪ ਉਰਦ ਮੁਖੀ, ਬੈ ਸੰਤਰ ਮੇ ਤਨ ਦਾਹੇ ਦਿਓ। ਆਪਣੇ ਸਰੀਰ ਨੂੰ ਤੋੜ ਤੋੜ ਕੇ, ਜਮੂਰ ਦੇ ਨਾਲ ਮਾਸ ਤੋੜ ਤੋੜ ਕੇ ਅੱਗ ਵਿੱਚ ਪਾਵੇ ਤੇ ਹਮਨ ਕਰੇ। ਇਹ ਹੈ ਬੜਾ ਕਠਿਨ, ਬੜਾ ਮੁਸ਼ਕਿਲ ਹੈ ਕਰਨਾ। ਪਰ ਜੇ ਕੋਈ ਕਰ ਵੀ ਲਏ ਤਾਂ ਫਿਰ ਕੀ ਹੋਇਆ? ਜੈਸੇ ਕੋਟ ਜਨਮ ਤਪ ਉਰਧ ਮੁਖੀ, ਬੈ ਸੰਤਰ ਮੇ ਤਨ ਦਾਹੇ ਦਿਓ।
जैसे लाख बेर कुरुक्षेत्र में, कुरुक्षेत्र आज बड़ा मेला क्योंकि आज सूरज ग्रहण लगना है 4:00 के, ते लखा यात्रु उथे पहुंच गए हैं। जिस वेले ग्रहण लगे उस वेले उस कुंड विच इशनान करिए, क्योंकि बड़ा महात्म है उस वेले दे इशनान दा, ते फिर दान पुन करिए। इस वास्ते लखा यात्रु चवां पासियों चवां कुंटां तो भजे आंदे हैं इस पुन नू लैण वास्ते। पर भाई साहब आखदे ने सिर्फ एक बार नहीं लाख बेर, ते दान पुन भी कितना के पूरा समेत यज्ञ संपूर्ण कर। इकने ता दान कीता भी सैकड़े रुपये लै गया, पिछों 10-40, 100-50 दान कीता सु, कुछ मोड़ के ले आया, कुछ अपने ते खर्च कीते सु, कुछ घर वास्ते चीजा भी खरीद ले आया, एडी दूरों जो आया, पर कुछ कुछ ने दान भी कीता है। पर अश्वमेध यज्ञ दा दान ए है भी जो कुछ कोई मंग लवे ओनू अपने बूहे तो खाली नहीं तोरना, ते कुल दुनिया दे अभ्यागता नू सद के प्रसाद छकाना फिर सोने दे बर्तना विच, ते ओ पांडे भी नाल दे देने भी ये लेंदे जाओ, ये छड़ के ना जाओ। पांडवां ने अश्वमेध यज्ञ कीता सी, उस तो बाद मुड़ नहीं किसे कीता, ओ भी ता कीता जे भगवान कृष्ण नाल सहायक सन, ते फिर भी सुमेर पर्वत तो जाके सोना उधारा लिया। आंदे ने चारे भाई गए, वारी वारी सुमेर पर्वत तो सोना मंगन वास्ते, उन्हें आखिया भी ये दसो लोगे किस मुंह नाल ते देवोगे किस मुंह नाल। तो सबना ने आखिया जी इसे मुंह नाल लै रहे हैं, इसे नाल देंगे। उन्हें आखिया मैं नहीं दूंगा। जिले परत आए, क्यों भाई सोना नहीं लिया है जी, उन्हें दिता नहीं। की आखदा है कि उन्हें पूछया भी किस मुंह नाल लोगे किस मुंह नाल दोगे, असि आखिया इसे मुंह नाल लवेंगे इसे नाल देंगे। उन्हें आखिया मैं नहीं देंदा। युधिष्ठिर ने आखिया मैं जानदा तुसी सच नहीं बोलिया, तुसी झूठ बोलिया, तुसी कमंड कीता है, तुसी हंकारी हो, एडी फड़ मारन दी की लोड़ सी, तुसी की आखो आखे मेरे नाल चलो, जो कुछ मैं आखना है चल के सुन लो। इस वेले युधिष्ठिर महाराज गए, ते जाके सोना मंगया, उन्हें आखिया जी आया नू इनकार कोई नहीं, पर सिर्फ एक गल दा जवाब दियो भी किस मुंह नाल लोगे किस मुंह नाल दोगे। आखे जी लवांगे तां खिड़े मत्थे, इस मुंह नाल जिहड़ा खुशी खुशी तुहाडे इस वेले सामने लई खड़ोते हैं, पर देंगे जरा अख माड़ा जिहा मुंह करके। आखिया तू सच आखिया, कोई ऐसा है संसार में जिहड़ा लैण वेले भी ऊ जिहा होवे ते देण वेले भी। आ सारियां दातां वाहिगुरु दिंदा है, पर जे विचों मंग लवे तो किड्डा रोने, फिर आखदे भी हां भी सब कुछ तेरा है।
ਤੇ ਨਾਲੇ ਪੜ੍ਹਦੇ ਵੀ ਹਾਂ ਵੀ ਤੇਰਾ ਤੁਝਕੋ ਸੌਂਪੀਏ ਕਿਆ ਲਾਗੇ ਮੇਰਾ। ਪਰ ਇਹ ਪੜ੍ਹਦਿਆਂ ਸੁਣਦਿਆਂ ਜਾਣਦਿਆਂ ਬੁੱਝਦਿਆਂ ਮੁੜ ਵੀ ਸਾਡਾ ਮੂੰਹ ਕਿੱਡਾ ਬਦਲ ਜਾਂਦਾ। ਪੁੱਤਰ ਜੰਮੇ ਤਾਂ ਕਿੱਡੀ ਖੁਸ਼ੀ ਹੁੰਦੀ ਹੈ, ਚਲਾ ਜਾਏ ਤਾਂ ਫਿਰ ਮੂੰਹ ਕਿਵੇਂ ਹੋ ਜਾਂਦਾ। ਹਾਲਾਂਕਿ ਦੇ ਲੇਹ ਏਕ ਤੂੰ, ਦਿੰਦਾ ਵੀ ਤੂੰ ਹੈ ਤੇ ਲੈਂਦਾ ਵੀ ਤੂੰ। ਦਿਗਰ ਕੋ ਨਹੀਂ, ਕੋਈ ਦੂਜਾ ਨਹੀਂ, ਨਾ ਦੇਣ ਵਾਲਾ ਨਾ ਲੈਣ ਵਾਲਾ। ਪਰ ਮੂੰਹ ਬਦਲ ਜਾਂਦਾ ਕਿ ਨਹੀਂ? ਬਦਲ ਜਾਂਦਾ। ਆਖਿਆ ਤੂੰ ਸੱਚ ਬੋਲਿਆ, ਜਿਸ ਮੂੰਹ ਨਾਲ ਲੈ ਚੱਲੇ ਹੈ ਇਸ ਮੂੰਹ ਨਾਲ ਕੋਈ ਨਹੀਂ ਦੇਣ ਵਾਲਾ। ਦੇ ਵੀ ਦੇਵੇ ਜਿਹੜਾ ਬਈ ਉਹ ਵੀ ਧਨ ਭਾਗ, ਉਹ ਜਾਣੇ ਦਿੱਤਾ ਤਾਂ ਸੂ ਰੋ ਪਿੱਟ ਕੇ ਸਹੀ। ਪਰ ਇੱਕ ਤਾਂ ਦਿੰਦੇ ਹੀ ਨਹੀਂ, ਜੱਫਾ ਮਾਰ ਪੈਂਦੇ ਹਨ। ਹਮਰੀ ਭੂਮ ਕੌਣ ਖਾਲੇ ਪੈਰ, ਸਾਹਿਬ ਆਖਦੇ ਮੇਰੀ ਬੋਏ ਹੈ ਕੋਈ ਜਮੇ ਤੇ ਪੈਰ ਰੱਖਣ ਵਾਲਾ। ਕੋਈ ਪੁੱਛੇ ਵੀ ਤੇਰੀ ਕਿੰਨਾ ਕਿੱਥੇ। ਤੋ ਇੱਕ ਜੱਗ ਸੰਪੂਰਨ ਕੀਤਾ ਪਾਂਡਵਾਂ ਨੇ, ਉਹ ਵੀ ਸੋਇਨਾ ਉਧਾਰਾ ਲਿਆ। ਭਗਵਾਨ ਕ੍ਰਿਸ਼ਨ ਨੇ ਸਹਾਇਤਾ ਕੀਤੀ, ਵਾਲਮੀਕ ਮਹਾਰਾਜ ਆਏ, ਉਹਨਾਂ ਭੋਜਨ ਛਕਿਆ ਤੇ ਜੱਗ ਸੰਪੂਰਨ ਹੋਇਆ ਇੱਕੋ। ਪਰ ਭਾਈ ਸਾਹਿਬ ਆਖਦੇ ਨੇ ਜੈਸੇ ਲੱਖ ਬੇਰ ਕੁਰੂਕਸ਼ੇਤਰ ਮੇ, ਅੱਜ ਦੇ ਦਿਨ ਗ੍ਰਹਿਣ ਲੱਗਾ ਹੋਵੇ ਉਸ ਮੌਕੇ ਕੋਈ ਯੱਗ ਸੰਪੂਰਨ ਕਰੇ ਇੱਕ ਨਹੀਂ ਲੱਖਾਂ। ਜੈਸੇ ਲੱਖ ਬੇਰ ਕੁਰੂਕਸ਼ੇਤਰ ਮੇ ਅਸਮੇਧ ਜੱਗ ਆ ਭੰਗ ਠਹਿਓ। ਆਖੀਏ ਇਤਨਾ ਪੁੰਨ ਕੋਈ ਕਮਾ ਸਕਦਾ ਕਿ ਨਹੀਂ? ਇਹ ਤਾਂ ਸਿਰਫ ਕਹਿਣ ਮਾਤਰ ਬਾਤ ਹੈ, ਇੱਕ ਨਹੀਂ ਕੋਈ ਕਰ ਸਕਦਾ, ਲੱਖਾਂ ਕਿਵੇਂ ਕਰ ਰਹੇਗਾ? ਇੱਕ ਜੱਟ ਨਹੀਂ ਪਰਬਤ ਦੀ ਚੋਟੀ ਤੇ ਕੋਈ ਠਹਿਰ ਸਕਦਾ, ਚਾਰ ਯੁੱਗ ਕਿਵੇਂ ਬੈਠਾ ਰਹੇਗਾ? ਆਪਣੇ ਸਰੀਰ ਨੂੰ ਕੌਣ ਹੈ ਜੋ ਜਮੂਰ ਦੇ ਨਾਲ ਤੋੜ ਤੋੜ ਕੇ ਮਾਸ ਅਗਨੀ ਵਿੱਚ ਪਾ ਕੇ ਹਵਨ ਕਰ ਦੇਵੇ? ਪਰ ਆਖਿਆ ਜੇ ਚਾਹੋ ਇਤਨਾ ਪੁੰਨ ਲੈਣਾ ਤਾਂ ਲੈ ਸਕਦੇ ਹੋ, ਇੰਜ ਕਰਕੇ ਨਹੀਂ ਇੱਕ ਹੋਰ ਤਰ੍ਹਾਂ। ਪੁੱਛਿਆ ਕਿਵੇਂ? ਉਹ ਵੀ ਕੋਈ ਔਖਾ ਹੀ ਮਾਰਗ ਹੋਏਗਾ। ਭਾਈ ਸਾਹਿਬ ਆਖਦੇ ਨਹੀਂ, ਬਹੁਤ ਸੌਖਾ, ਬਹੁਤ ਸੌਖਾ। ਜੈਸੇ ਲੱਖ ਬੇਰ ਕੁਰੂਕਸ਼ੇਤਰ ਮੇ ਅਸਮੇਧ ਜੱਗ ਆ ਭੰਗ ਠਹਿਓ, ਫੁਨ ਅੰਮ੍ਰਿਤ ਨਾਮ ਵਿਸ਼ੇਸ਼ ਇਤੀ ਜਿਨ ਏਕ ਵਾਰ ਸ੍ਰੀ ਵਾਹਿਗੁਰੂ। ਇੱਕ ਵਾਰੀ ਜਿਸਨੇ ਗੁਰੂ ਨਾਨਕ ਦੇ ਚਰਨਾਂ ਨਾਲ ਮਨ ਜੋੜ ਕੇ ਆਖਿਆ ਸ੍ਰੀ ਵਾਹਿਗੁਰੂ, ਲੱਖਾਂ ਸਮੇਤ ਯੱਗ ਉਸਨੇ ਸੰਪੂਰਨ ਕੀਤੇ। ਕਰੋੜਾਂ ਜਨਮ ਉਹ ਪੁੱਠਾ ਲਟਕ ਕੇ ਤਪੱਸਿਆ ਕਰ ਚੁੱਕਾ, ਕਿਉਂਕਿ ਫਲ ਜੋ ਲਈ ਬੈਠਾ। 68 ਤੀਰਥਾਂ ਨੂੰ ਉਹ ਬੇਅੰਤ ਵਾਰੀ ਪਰਸ ਆਇਆ। ਇਤਨਾ ਪੁੰਨ ਕਿਸਨੂੰ ਪ੍ਰਾਪਤ ਹੁੰਦਾ ਹੈ ਕਿ ਹੈ ਜਿਹੜਾ ਜਪ ਲਵੇ? ਜਪਣ ਦਾ ਐਡਾ ਮਹੱਤਵ ਹੈ, ਕਿਉਂਕਿ ਇਹੀ ਇੱਕ ਬੇੜਾ ਹੈ ਜਿਹੜਾ ਪਾਰ ਲੈ ਜਾਂਦਾ। ਬਾਕੀ ਕਿਸੇ ਵੀ ਬੇੜੇ ਚੜੋਗੇ ਬਈ ਅਧਵਾਟੇ ਰਹਿ ਜਾਓਗੇ। ਇਸ ਵਾਸਤੇ ਕਬੀਰ ਜੀ ਆਖਦੇ ਨੇ ਰਾਮ ਜਪੋ ਜੀ ਐਸੇ ਐਸੇ, ਤੁਸੀਂ ਵੀ ਜਪਣ ਦੇ ਬੇੜੇ ਚੜੋ। ਜਿਸ ਬੇੜੇ ਚੜਿਆ ਧਰੂ ਤੇ ਜਿਸ ਬੇੜੇ ਤੇ ਚੜਿਆ ਪ੍ਰਹਿਲਾਦ। ਰਾਮ ਜਪੋ ਜੀ ਐਸੇ ਐਸੇ, ਕਿਵੇਂ ਜਪੋ ਜਿਵੇਂ ਧਰੂ ਪ੍ਰਹਿਲਾਦ। ਰਾਮ ਜਪੋ ਜੀ ਐਸੇ ਐਸੇ।
ਜਗ ਜਗੋ ਹਰ ਭਗਤ ਕਰ ਗੁਰਮੁਖ ਦ੍ਰੋਹ ਹਰ ਦਰਸ਼ਨ ਨਿਮਾਣਾ ਭਗਤ ਕਰ ਨਿਮਾਣਾ ਭਗਤ ਕਰ ਨਿਮਾਣੇ ਮਨ ਨਾਲ ਨਿਮਰਤਾ ਵਿੱਚ ਰਹਿ ਕੇ ਹੋਏ ਨਿਮਾਣਾ ਭਗਤ ਕਰ ਗੁਰਮੁਖ ਦ੍ਰੋਹ ਹਰ ਦਰਸ਼ਨ ਪਾਇਆ ਭਗਤ ਵਛਲ ਹੋਏ ਭੇਟਿਆ ਮਾਣ ਨਿਮਾਣੇ ਆਪ ਗਵਾਇਆ ਤੇ ਫਿਰ ਉਸਦਾ ਫਲ ਕੀ ਹੋਇਆ ਮਾਤ ਲੋਕ ਵਿੱਚ ਮੁਕਤ ਕਰ ਨੇ ਚਲ ਵਾਸ ਆਕਾਸ਼ ਚੜਾਇਆ ਚੰਦ ਸੂਰਜ 33 ਕਰੋੜ ਪਰ ਦੱਖਣਾ ਚੋ ਫੇਰ ਫਿਰਾਇਆ ਆਖਿਆ ਵੇਦ ਪੁਰਾਣ ਵਖਾਣ ਦੇ ਪ੍ਰਗਟ ਕਰ ਪ੍ਰਤਾਪ ਜਨਾਇਆ ਇਹ ਤਾਂ ਤੂੰ ਸੁਣਿਆ ਨਾ ਵੇਦਾਂ ਪੁਰਾਣਾ ਚੋਂ ਧਰੂ ਦੀ ਕਥਾ ਜਾਂ ਸਾਖੀ ਕਿ ਇੰਝ ਧਰੂ ਨੇ ਭਗਤੀ ਕੀਤੀ ਇੰਝ ਅਟਲ ਪਦਵੀ ਪਾਈ ਤੇ ਪ੍ਰਤੱਖ ਵੀ ਅੱਖੀ ਵੇਖ ਲੈ ਧਰੂ ਦਾ ਤਾਰਾ ਹੀ ਕਿਸ ਥਾਂ ਤੇ ਖੜੋਤਾ ਰਾਤੀ ਪੈ ਵੇਖਦੇ ਸਾਂ ਮੈਨੂੰ ਪੁੱਛਣ ਲੱਗੇ ਵੀ ਧਰੂ ਕਿਹੜਾ ਉਹ ਸਾਹਮਣੇ ਖੜੋਤਾ ਇਹਨੂੰ ਜਿਸ ਵੇਲੇ ਵੇਖੋਗੇ ਇੱਥੇ ਹੀ ਰਹੇਗਾ ਬਾਕੀ ਤਾਰੇ ਚੱਕਰ ਚੱਲਦੇ ਰਹਿਣਗੇ ਆਪਣੀ ਚਾਲ ਤੁਰੇ ਰਹਿਣਗੇ ਆਹ ਤਾਰਾ ਜਿਸ ਵੇਲੇ ਇੱਥੇ ਆਏਗਾ ਤਾਂ ਦਿਨ ਚੜ ਜਾਏਗਾ ਇਹ ਤਾਰਿਆਂ ਦੀ ਚਾਲ ਹੈ ਪਰ ਕਿਸੇ ਵੀ ਚਾਲ ਵਿੱਚ ਇਹ ਧਰੂ ਤਾਰਾ ਨਹੀਂ ਆਇਆ ਕਿਉਂਕਿ ਚਾਲ ਜਿਹੜੀ ਹੈ ਇਹ ਜੰਮਣ ਮਰਨ ਦੀ ਤੇ ਜਿਹੜੀ ਅਟਲ ਪਦਵੀ ਹੈ ਇਹ ਥਿਰ ਪਾਰ ਬ੍ਰਹਮ ਪਰਮੇਸ਼ਰੋ ਸੇਵਕ ਥਿਰ ਹੋਸੀ ਜਿਵੇਂ ਪਾਰ ਬ੍ਰਹਮ ਵਾਹਿਗੁਰੂ ਅਚਲ ਅਵਨਾਸ਼ੀ ਅਟਲ ਹੈ ਨਾ ਇਸੇ ਤਰ੍ਹਾਂ ਜਿਹੜਾ ਉਸਦਾ ਸੇਵਕ ਹੈ ਔਰ ਸੱਚਾ ਸੇਵਕ ਕੌਣ ਜਿਸਨੇ ਜਪਿਆ ਸ਼੍ਰੀ ਵਾਹਿਗੁਰੂ ਇਸ ਵਾਸਤੇ ਸਾਹਿਬ ਬਾਣੀ ਵਿੱਚ ਤਾਕੀਦ ਕਰ ਰਹੇ ਹਨ ਕਬੀਰ ਜੀ ਦੀ ਰਚਨਾ ਦੁਆਰੇ ਕਿ ਰਾਮ ਜਪੋ ਜੀ ਐਸੇ ਐਸੇ ਤੁਸੀਂ ਵੀ ਜਪੋ ਤਾਂ ਕਿ ਇਸ ਚਾਲ ਵਿੱਚ ਨਾ ਆ ਜਾਓ ਤੁਸੀਂ ਵੀ ਅਟਲ ਪਦਵੀ ਪਾਓ ਰਾਮ ਜਪੋ ਬਰਖ ਕੋ ਅਨਾਥ ਦ੍ਰੋਹ ਪਾਰ ਕੋ ਹਰ ਸਿਮਰਤ ਅਮਰ ਅਟਾਰੇ ਹਰੀ ਦਾ ਸਿਮਰਨ ਕਰਕੇ ਅਮਰ ਅਟਾਰੀ ਤੇ ਜਾ ਬੈਠਾ ਮੁੜ ਮਰਿਆ ਨਹੀਂ ਮੁੜ ਜੰਮਿਆ ਨਹੀਂ ਮੁੜ ਭਟਕਿਆ ਨਹੀਂ ਧਰੂ ਅਟਲ ਅਜ ਹੂੰ ਨਹਿ ਟਰਿਓ ਅੱਜ ਤਾਈ ਨਹੀਂ ਟਲਿਆ ਆਪਣੀ ਥਾਂ ਤੋਂ ਜਿੱਥੇ ਬੈਠਾ ਉੱਥੇ ਹੀ ਬੈਠਾ ਹੋਇਆ ਅਚਲ ਸਿੰਘਾਸਨ ਮਿਲਿਆ ਧਰੂ ਨੂੰ ਭਗਤੀ ਦੇ ਸਦਕੇ
ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਕਿਤਨੇ ਕ ਸਾਲਾਂ ਦਾ ਸੀ ਧਰੂ, ਕੋਈ ਬੜਾ ਸਿਆਣਾ ਸਮਝਦਾਰ ਹੋਏਗਾ, ਸਹਿਬਾਗ ਦਿਨ ਨਹੀਂ ਪਾਂਚ ਵਰਖ, ਪਰ ਕਿਸੇ ਦੇ ਆਖੇ ਲੱਗਣ ਵਾਲਾ ਸੀ। ਮਾਂ ਨੇ ਜਿਸ ਵੇਲੇ ਆਖਿਆ ਤੇ ਕਹਿੰਦਾ ਸਤ ਵਚਨ, ਬਾਬਾ ਜੀ ਆਖਦੇ ਸਨ ਤੂੰ ਵੀ ਕੋਈ ਆਪਣੀ ਇੱਕ ਥਾਂ ਤਾਂ ਐਸੀ ਰੱਖ ਲੈ ਜਿੱਥੇ ਜਾ ਕੇ ਤੂੰ ਸਤ ਵਚਨ ਕਰੇ। ਵਾਹਿਗੁਰੂ, ਹਰ ਥਾਂ ਤੇ ਮਨ ਆਈ ਕਰੇਗਾ, ਸਤ ਵਚਨ ਕਿਤੇ ਵੀ ਨਹੀਂ ਪੜੇਗਾ ਤੇ ਇਹ ਫਿਰ ਮਨ ਤੈਨੂੰ ਕਿੱਥੇ ਕਿੱਥੇ ਭਟਕਾਏਗਾ। ਕੋਈ ਇੱਕ ਥਾਂ ਤਾਂ ਐਸੀ ਰੱਖ ਲੈ ਜਿੱਥੇ ਜਾ ਕੇ ਮਨ ਮਰ ਜਾਏ, ਮਨ ਝੁਕ ਜਾਏ, ਮਨ ਹੁਜਤ ਨਾ ਕਰੇ, ਮਨ ਮਨ ਆਈ ਨਾ ਕਰ ਸਕੇ। ਬਾਬਾ ਜੀ ਆਖਦੇ ਸਨ ਆਪ ਤੋਂ ਦਹਿਣੇ ਵਾਲਾ ਜਿਹਨੂੰ ਸੱਜੇ ਪਾਸੇ ਬਿਠਾਇਆ, ਜਿਸ ਨੂੰ ਇੱਕ ਵਾਰੀ ਮੱਛਾ ਟੇਕਿਆ, ਇੱਕ ਵਾਰੀ ਸਤਿਕਾਰ ਨਾਲ ਅੱਖਾਂ ਵਿੱਚ ਜਿਸ ਨੂੰ ਲਿਆਂਦਾ ਹੈ, ਉਸ ਅੱਗੇ ਸਤ ਵਚਨ ਪੜ੍ਹਨਾ। ਇਸੇ ਵਾਸਤੇ ਸਾਡਾ ਮਾਰਗ ਸੰਤ ਸੇਵੀ ਮਾਰਗ ਹੈ। ਬਾਬਾ ਜੀ ਆਖਦੇ ਸਨ ਸੰਤ ਸੇਵੀ ਮਾਰਗ ਜਿਹੜਾ ਹੈ ਇਹ ਗੁਰੂ ਨਾਨਕ ਦਾ ਮਾਰਗ ਹੈ, ਗੁਰੂ ਘਰ ਦਾ ਇਹ ਮਾਰਗ ਹੈ ਸੰਤ ਸੇਵੀ। ਅਸੀਂ ਸੰਤ ਦੋਖੀ ਨਹੀਂ, ਸੰਤ ਸੇਵੀ ਹਾਂ। ਇਸੇ ਵਾਸਤੇ ਬਾਣੀ ਵਿੱਚ ਸੰਤ ਦੀ ਬੜੀ ਮਹਿਮਾ ਕੀਤੀ ਹੈ, ਬੜੀ ਉਪਮਾ ਕੀਤੀ ਹੈ, ਕਿਉਂਕਿ ਰੱਬ ਤਾਂ ਸਾਡੀ ਪਹੁੰਚ ਤੋਂ ਹੀ ਬਾਹਰ ਹੈ ਤੇ ਏਡੇ ਪੁੰਨ ਵੀ ਨਹੀਂ ਸਾਡੇ ਵੀ, ਅਸੀਂ ਗੁਰੂ ਨੂੰ ਬਾਂਹ ਫੜ ਕੇ ਕੋਲ ਬਿਠਾ ਲਈਏ। ਪਰ ਰੱਬ ਔਰ ਗੁਰੂ ਦੀ ਜੋਤ ਜਿਸ ਵਿੱਚ ਨਿਵਾਸ ਕਰਦੀ ਹੈ ਉਹ ਹੈ ਮਹਾਂਪੁਰਖ ਜਪਣ ਵਾਲਾ, ਉਹ ਤੇਰੀ ਪਹੁੰਚ ਤੋਂ ਬਾਹਰ ਨਹੀਂ, ਕਿਉਂਕਿ ਉਹ ਵਿਚਾਲੇ ਖੜੋਤਾ ਹੈ। ਉਹਦਾ ਇੱਕ ਹੱਥ ਦਰਗਾਹ ਤੱਕ ਪਹੁੰਚਦਾ ਹੈ, ਇੱਕ ਹੱਥ ਤੇਰੇ ਤੱਕ ਪਹੁੰਚਦਾ। ਨਾਰਦ ਦਾ ਪਹੁੰਚ ਗਿਆ ਹੱਥ ਧਰੂ ਤੱਕ, ਉੱਧਰ ਪਹੁੰਚਿਆ ਦਰਗਾਹ ਤੱਕ। ਵਿਚਾਲੇ ਖੜੋਤਾ ਸੀ ਨਾਰਦ, ਧਰੂ ਬੇਟਾ ਕਿੱਧਰ ਚੱਲਿਆ? ਜੀ ਮੈਂ ਜਪਣ ਚੱਲਿਆ। ਤੂੰ ਇਕੱਲਾ ਪਿਆ ਜਾਣਾ? ਆਖੇ ਨਹੀਂ ਜੀ, ਮੇਰੇ ਨਾਲ ਉਹ ਵੀ ਹੈ ਜਿਹਨੂੰ ਮੈਂ ਜਪਣ ਚੱਲਿਆ। ਤੇ ਫਿਰ ਕਿੱਡੇ ਪ੍ਰਸੰਨ ਹੋਏ ਸੁਣ ਕੇ, ਜਾਗ ਅੱਗੇ ਹੀ ਲੱਗੀ ਪਈ, ਹੁਣ ਤਾਂ ਸਿਰਫ ਰਿੜਕਣਾ ਤੇ ਮੱਖਣ ਕੱਢਣਾ। ਤਾਂ ਫਿਰ ਨਾਰਦ ਮੁਨ ਉਪਦੇਸ਼ਿਆ, ਐਸੀ ਸਟੇਜ ਆਉਂਦੀ ਹੈ ਕਿਸੇ ਵੇਲੇ ਜਗਿਆਸੂ ਦੀ, ਜਿਸ ਵੇਲੇ ਮਹਾਂਪੁਰਖ ਉਪਦੇਸ਼ਦਾ ਔਰ ਉਹ ਉਸਦੇ ਹਿਰਦੇ ਵਿੱਚ ਵਸ ਜਾਂਦਾ। ਪਰ ਇਸ ਵਕਤ ਨੂੰ ਅਸੀਂ ਨਹੀਂ ਸਮਝ ਸਕਦੇ ਕਿ ਉਹ ਵਕਤ ਕਿਸ ਵੇਲੇ ਆਏਗਾ। ਅਸੀਂ ਤਾਂ ਹਰ ਵੇਲੇ ਇਹ ਉਡੀਕਦੇ ਹਾਂ ਵੀ ਫਲਾਣਾ ਕੰਮ ਹੈ ਮਹਾਤਮਾ ਨੂੰ ਆਖੋ, ਫਲਾਣਾ ਕੰਮ ਹੈ ਮਹਾਤਮਾ ਦੇ ਪੈਰ ਫੜ ਲਓ, ਬਸ ਹੋਇਆ ਸਮਝੋ। ਛੋਟਾ ਕੀ ਤੇ ਵੱਡਾ ਕੀ, ਜਿਹੜਾ ਕੰਮ ਆਣ ਬਣੇ, ਸੰਗਤ ਹੈ ਕਿਸ ਵਾਸਤੇ? ਇਸੇ ਵਾਸਤੇ ਨਹੀਂ, ਸੰਗਤ ਹੈ ਤਰਨ ਵਾਸਤੇ, ਸੰਸਾਰ ਸਾਗਰ ਤੋਂ ਤਰਨ ਵਾਸਤੇ। ਸੰਗਤ ਹੈ ਮਨ ਦੀ ਮਹਿਲ ਧੋਣ ਵਾਸਤੇ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਾਹੇ ਮਿਲੰਤ ਜਮ ਤ੍ਰਾਸ ਮਿਟਾਈ। ਜਪਣਾ ਕਿਸ ਵਾਸਤੇ? ਇਸੇ ਵਾਸਤੇ, ਜਪ ਗੋਬਿੰਦ ਗੋਪਾਲ ਲਾਲ, ਰਾਮ ਨਾਮ ਸਿਮਰ ਤੂੰ ਜੀਵੈ, ਫਿਰ ਨਾ ਖਾਈ ਮਹਾਂਕਾਲ। ਐਸਾ ਜੀਵਨ ਪਾਵੇਂਗਾ ਜੋ ਤੈਨੂੰ ਫਿਰ ਮਹਾਂਕਾਲ ਨਹੀਂ ਖਾ ਸਕੇਗਾ। ਪਰਲੋ ਆਵੇਗੀ ਪਰ ਤੂੰ ਨਾ ਮਰੇਗਾ। ਸਾਧਕ ਬੋਲੋ ਸ੍ਰੀ ਨਾਮ ਰਹੋ, ਸਾਧੂ ਰਹੋ, ਰਹੋ ਗੁਰ ਗੋਬਿੰਦ। ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ।
ਇਸ ਵਾਸਤੇ ਰਾਮ ਨਾਮ ਉਰਮੈ ਗਏ, ਕਿਉਂਕਿ ਜਪਣ ਵਾਲੇ ਸਦਾ ਰਹਿੰਦੇ ਹਨ ਨਾ, ਇਸ ਵਾਸਤੇ ਮੈਂ ਆਪਣੇ ਹਿਰਦੇ ਵਿੱਚ ਇਹ ਵਾਹਿਗੁਰੂ ਤੇਰਾ ਨਾਮ ਧਾਰਨ ਕਰ ਲਿਆ। ਜਾਂ ਕਿ ਸਮ ਨਹੀਂ ਕੋਏ, ਜਿਸ ਦੇ ਬਰਾਬਰ ਕੋਈ ਹੋਰ ਹੈ ਹੀ, ਐਸੇ ਵੇੜੇ ਚੜਿਆ ਜਿਹੜਾ ਵੇੜਾ ਤੋੜ ਕੱਦੀ ਨਾਲ ਲੱਗਣ ਵਾਲਾ, ਕਿਸੇ ਐਸੇ ਵੇੜੇ ਨਹੀਂ ਚੜਨਾ ਬਈ ਜਿਹੜਾ ਤੋੜ ਨਾ ਪਹੁੰਚਾ ਸਕੇ। ਉਹ ਇੱਕੋ ਹੀ ਵੇੜਾ ਹੈ ਜਪਣ ਦਾ, ਜਪਣ ਦਾ, ਔਰ ਜਪਣਾ ਸੰਗਤ ਨਾਲ ਮਿਲ ਕੇ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਹੁਣ ਕੀਰਤਨ ਸਮਾਪਤੀ, ਬੋਲਾਂ ਚੁੱਕਾਂ ਬਖਸ਼ੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।